ਸਰਹੰਦ ਅਤੇ ਵਜ਼ੀਰ ਖਾਨ ਨੇ ਸਿਆਸਤ ਖੇਡੀ। ਛੋਟਾ ਦਰਵਾਜ਼ਾ ਖੁੱਲ੍ਹਾ ਰੱਖਿਆ, ਵੱਡਾ ਦਰਵਾਜ਼ਾ ਬੰਦ ਕਰ ਦਿੱਤਾ। ਗੁਰੂ ਕੇ ਲਾਲ ਜਾਣਦੇ ਸਨ ਕਿ ਕੀ ਹੋਣ ਵਾਲਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਉਹਨਾਂ ਨੇ ਪਹਿਲਾਂ ਆਪਣੇ ਪੈਰ ਅੰਦਰ ਪਾਏ। ਜਦੋਂ ਕਚਹਿਰੀ ਦੇ ਵਿੱਚ ਪੈਰ ਪਾਏ, ਸਿਆਸਤ ਦੇ ਉੱਤੇ ਧਰਮ ਦੀ ਜਿੱਤ ਹੋਈ। ਗੁਰੂ ਪਿਆਰੀ ਸਾਧ ਸੰਗਤ ਜੀ ਵਜ਼ੀਰ ਖਾਨ ਅਤੇ ਸੁੱਚਾ ਨੰਦ ਦੀਆਂ ਨਜ਼ਰਾਂ ਚੁੱਕ ਗਈਆਂ। ਗੁੱਸੇ ਵਿੱਚ ਆ ਗਏ ਸਨ ਦੋਵੇਂ, ਪਰ ਗੁੱਸਾ ਪੀ ਗਏ। ਮਾਤਾ ਜੀ ਦੇ ਸ਼ਹਿਜ਼ਾਦਿਆਂ ਨੇ ਜਦੋਂ ਗੱਜ ਕੇ ਫਤਿਹ ਬੁਲਾਈ, ਗੁਰੂ ਪਿਆਰੀ ਸਾਹਿਬ ਸੰਗਤ ਜੀ ਇਹਨਾਂ ਦੀ ਉੱਤੋਂ ਹੋਰ ਹਾਰ ਹੋਈ। ਜਦੋਂ ਹਾਰ ਵਿਹੁੰਦੀ ਵੇਖੀ ਤੇ ਵਜ਼ੀਰ ਖਾਨ ਨੇ ਡਰਾਵੇ ਦੇਣੇ ਸ਼ੁਰੂ ਕੀਤੇ, ਲਾਲਚ ਦੇਣੇ ਸ਼ੁਰੂ ਕੀਤੇ। ਗੁਰੂ ਪਿਆਰੀ ਸਾਹਿਬ ਸੰਗਤ ਜੀ ਕਹਿੰਦੇ, ਤੁਹਾਡੇ ਪਿਤਾ ਨੂੰ ਅਸਾਂ ਨੇ ਮਾਰ ਦਿੱਤਾ ਹੈ। ਭਾਈ ਸੰਗਤ ਸਿੰਘ ਜੀ ਦਾ ਸੀਸ ਉਠਾ ਕੇ ਕਹਿਣ ਲੱਗੇ, ਕਹਿੰਦੇ ਆਹ ਵੇਖੋ ਤੁਹਾਡੇ ਪਿਤਾ ਦਾ ਸੀਸ। ਸਾਹਿਬਜ਼ਾਦਿਆਂ ਨੇ ਆਖਿਆ, ਕਹਿੰਦੇ ਉਹ ਵਜ਼ੀਰ ਖਾਨ ਤੂੰ ਭੁਲੇਖੇ ਵਿੱਚ ਹੈ, ਅਜੇ ਤੱਕ ਇਹੋ ਜਿਹਾ ਸੂਰਮਾ ਜੰਮਿਆ ਨਹੀਂ ਜਿਹੜਾ ਸਾਡੇ ਪਿਤਾ ਦਾ ਸਿਰ ਲਾ ਸਕੇ। ਕਲਗੀ ਤੱਕ ਪਾਤਸ਼ਾਹ ਜੀ ਗੁਰੂ ਪਿਆਰੀ ਸਾਹਿਬ ਸੰਗਤ ਜੀ ਬੜੇ ਤਗੜੇ ਸੂਰਮੇ ਸਨ। ਮਹਾਰਾਜ ਦਾ ਇੱਕ ਤੀਰ ਹਜ਼ਾਰਾਂ ਸਿਪਾਹੀਆਂ ਦੇ ਵਿੱਚੋਂ ਦੀ ਲੰਘ ਜਾਂਦਾ ਸੀ। ਗੁਰੂ ਪਿਆਰੀ ਸਾਹਿਬ ਸੰਗਤ ਜੀ ਜਦੋਂ ਸਾਹਿਬਜ਼ਾਦਿਆਂ ਦਾ ਜਵਾਬ ਸੁਣਿਆ ਤੇ ਫਿਰ ਸੋਚੀ ਪੈ ਗਏ ਕਿ ਹੁਣ ਇਹਨਾਂ ਨੂੰ ਕਿਵੇਂ ਇਹਨਾਂ ਦਾ ਧਰਮ ਪਰਿਵਰਤਨ ਕੀਤਾ ਜਾਵੇ। ਗੁਰੂ ਪਿਆਰੀ ਸਾਹਿਬ ਸੰਗਤ ਜੀ ਅਗਲੇ ਦਿਨ ਫਿਰ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਸੱਦਿਆ ਗਿਆ। ਗੁਰੂ ਪਿਆਰੀ ਸਾਹਿਬ ਸੰਗਤ ਜੀ ਇਸ ਦਾ ਭਰਾ ਅਤੇ ਭਤੀਜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੰਗ ਵਿੱਚ ਮਾਰੇ ਸਨ। ਜਦੋਂ ਉਹ ਆਇਆ ਫਿਰ ਅਗਲੇ ਦਿਨ ਫਿਰ ਉਹਨਾਂ ਨੂੰ ਕਚਹਿਰੀ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ। ਉਸ ਨੂੰ ਕਿਹਾ ਵਜ਼ੀਰ ਖਾਨ ਨੇ ਕਿ ਇਹਨਾਂ ਨੂੰ ਮਾਰ ਕੇ ਆਪਣਾ ਬਦਲਾ ਕੱਢ ਲੈ। ਉਹ ਸੱਚਾ ਸੀ ਗੁਰੂ ਪਿਆਰੀ ਸਾਹਿਬ ਸੰਗਤ ਜੀ। ਉਸਨੇ ਆਖਿਆ, ਕਹਿੰਦਾ ਮੈਂ ਉਹਨਾਂ ਗੁਰੂ ਗੋਬਿੰਦ ਸਿੰਘ ਜੀ ਦੇ ਕੋਲੋਂ ਆਪਣੇ ਭਰਾਵਾਂ ਦੀ ਮੌਤ ਦਾ ਬਦਲਾ ਜ਼ਰੂਰ ਲਵਾਂਗਾ, ਪਰ ਮੈਦਾਨੇ ਜੰਗ ਵਿੱਚ ਇਹਨਾਂ ਨੇ ਮੇਰਾ ਕੀ ਵਿਗਾੜਿਆ ਹੈ ਜਿਹੜਾ ਮੈਂ ਇਹਨਾਂ ਮਾਸੂਮਾਂ ਅਤੇ ਮਾਤਾ ਜੀ ਕੋਲੋਂ ਬਦਲਾ ਲਵਾਂ। ਗੁਰੂ ਪਿਆਰੀ ਸਾਹਿਬ ਸੰਗਤ ਜੀ ਉਸਨੇ ਹਾਂ ਦਾ ਨਾਰਾ ਮਾਰਿਆ। ਵਜ਼ੀਰ ਖਾਨ ਚੁੱਪ ਹੋ ਕੇ ਬੈਠ ਗਿਆ। ਉੱਧਰੋਂ ਸੁੱਚਾ ਨੰਦ ਪਾਪੀ ਸੀ ਗੁਰੂ ਪਿਆਰੀ ਸਾਹਿਬ ਸੰਗਤ ਜੀ, ਇਸੇ ਕਰਕੇ ਇਤਿਹਾਸ ਨੇ ਇਸ ਨੂੰ ਝੂਠਾ ਨੰਦ ਆਖਿਆ ਸੀ। ਇਤਿਹਾਸ ਨੇ ਇਸ ਨੂੰ ਝੂਠਾ ਨੰਦ ਵੀ ਆਖਿਆ ਸੀ। ਗੁਰੂ ਪਿਆਰੀ ਸਾਹਿਬ ਸੰਗਤ ਜੀ ਇਸ ਸੁੱਚਾ ਨੰਦ ਨੇ ਅੱਗੇ ਆ ਕੇ ਕਿਹਾ, ਸਾਹਿਬਜ਼ਾਦਿਆਂ ਨੂੰ ਪੁੱਛਿਆ ਕਿ ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਕੀ ਕਰੋਗੇ। ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਜੀ ਨੇ ਉੱਤਰ ਦਿੱਤਾ, ਕਹਿੰਦੇ ਅਸੀਂ ਆਪਣੇ ਗੁਰੂ ਪਿਤਾ ਜੀ ਕੋਲ ਜਾਵਾਂਗੇ, ਸਿੱਖਾਂ ਦੀ ਖਿੰਡੀ ਹੋਈ ਤਾਕਤ ਨੂੰ ਫਿਰ ਇਕੱਠਿਆਂ ਕਰਾਂਗੇ, ਸਰਹੰਦ ਨੂੰ ਮਲੀਆ ਮੇਟ ਕਰਾਂਗੇ ਅਤੇ ਵਜ਼ੀਰ ਖਾਨ ਦਾ ਸਿਰ ਲਾ ਦਿਆਂਗੇ। ਇਹ ਜਦੋਂ ਗੱਲ ਸੁਣੀ ਤੇ ਗੁਰੂ ਪਿਆਰੀ ਸਾਹਿਬ ਸੰਗਤ ਜੀ ਸੁੱਚਾ ਨੰਦ ਨੇ ਆਖਿਆ, ਇਹਨਾਂ ਨੂੰ ਬਾਲਕ ਨਾ ਸਮਝੋ, ਨਾਗੋ ਕੇ ਤੁਮ ਪੂਤ ਇਹ ਜਾਣੋ। ਕਹਿੰਦਾ ਇਹ ਨਾਗਾ ਜੇ ਇਸ ਨੂੰ ਸੱਪ ਦੇ ਪੁੱਤਰ ਸਮਝੋ, ਇਹਨਾਂ ਦੀਆਂ ਸਿਰੀਆਂ ਨਾ ਕੁਚਰੀਆਂ ਗਈਆਂ ਤਾਂ ਸਾਨੂੰ ਵੰਡਣਗੇ। ਗੁਰੂ ਪਿਆਰੀ ਸਾਹਿਬ ਸੰਗਤ ਜੀ ਐਸਾ ਪਾਪੀ ਸੀ ਸੁੱਚਾ ਨੰਦ। ਵਜ਼ੀਰ ਖਾਨ ਅਤੇ ਸੁੱਚਾ ਨੰਦ ਨੇ ਗੁਰੂ ਪਿਆਰੀ ਸਾਹਿਬ ਸੰਗਤ ਜੀ ਜਦੋਂ ਸਾਹਿਬਜ਼ਾਦਿਆਂ ਨੂੰ ਨਾ ਮੰਨੇ, ਉਹ ਧਰਮ ਪਰਿਵਰਤਨ ਲਈ ਗੁਰੂ ਪਿਆਰੀ ਸਾਹਿਬ ਸੰਗਤ ਜੀ ਪਿੱਪਲ ਨਾਲ ਬੰਨ੍ਹ ਕੇ ਗੁਲੇਲੇ ਮਾਰੇ ਗਏ। ਗੁਰੂ ਪਿਆਰੀ ਸਾਹਿਬ ਸੰਗਤ ਜੀ ਤਸੀਹੇ ਦਿੱਤੇ ਗਏ, ਪਰ ਧੰਨ ਗੁਰੂ ਕੇ ਲਾਲ ਇੱਕ ਵੀ ਹੰਝੂ ਨਾ ਡਿੱਗਾ, ਨਾ ਹੀ ਕਦੇ ਸੀਹ ਕੀਤੀ ਉਹਨਾਂ ਨੇ।
ਗੁਰੂ ਪਿਆਰੇ ਸਾਹਿਬ ਸੰਗਤ ਜੀ ਉਹਨਾਂ ਦੇ ਮੱਥੇ ਸੁੱਜਦੇ ਸਨ ਗੁਲੇਲਿਆਂ ਦੇ ਕਾਰਨ। ਮਾਤਾ ਗੁਜਰ ਕੌਰ ਜੀ ਕੋਲ ਆਏ, ਗੁਰੂ ਪਿਆਰੇ ਸਾਹਿਬ ਸੰਗਤ ਜੀ, ਮਾਤਾ ਜੀ ਨੇ ਵੇਖੇ, ਮਾਤਾ ਜੀ ਨੇ ਕਿਹਾ, ਸ਼ਾਬਾਸ਼, ਤੁਸੀਂ ਧਰਮ ਦੀ ਰੱਖ ਲਿਖਾਈ। ਕਚਹਿਰੀ ਵਿੱਚ ਜਦੋਂ ਦੂਜੇ ਦਿਨ ਦੀ ਪੇਸ਼ੀ ਹੋਈ ਨਾ, ਜਦੋਂ ਸ਼ੇਰ ਮੁਹੰਮਦ ਖਾਨ ਨੇ ਹਾਂ ਦਾ ਨਾਰਾ ਮਾਰਿਆ ਸੀ, ਸ਼ੇਰ ਮੁਹੰਮਦ ਖਾਨ ਚਲਿਆ ਗਿਆ। ਗੁਰੂ ਪਿਆਰੀ ਸਾਹਿਬ ਸੰਗਤ ਜੀ ਜਦੋਂ ਚਲਿਆ ਗਿਆ ਤੇ ਵਜ਼ੀਰ ਖਾਨ ਗੁੱਸੇ ਵਿੱਚ ਆਇਆ, ਉਸਨੇ ਕਿਹਾ, ਗੁਰੂ ਗੋਬਿੰਦ ਸਿੰਘ ਜੀ ਦੀ ਹਾਰ ਤਾਂ ਹੋਵੇਗੀ ਜੇ ਮੈਂ ਇਹਨਾਂ ਨੂੰ ਆਪਣਾ ਧਰਮ ਕਬੂਲ ਕਰਾ ਲਵਾਂ। ਗੁਰੂ ਪਿਆਰੀ ਸਾਹਿਬ ਸੰਗਤ ਜੀ ਉਸਨੇ ਤੂਤ ਦੀਆਂ ਛੜੀਆਂ ਦੇ ਨਾਲ ਸਾਹਿਬਜ਼ਾਦਿਆਂ ਨੂੰ ਤੂਤ ਦੀਆਂ ਛੜੀਆਂ ਮਾਰੀਆਂ ਸਨ। ਗੁਰੂ ਪਿਆਰੀ ਸਾਹਿਬ ਸੰਗਤ ਜੀ ਠੰਡ ਦੇ ਵਿੱਚ, ਇਹ ਗੁਰੂ ਪਿਆਰੀ ਸਾਹਿਬ ਸੰਗਤ ਜੀ ਬੜੀ ਵੱਡੀ ਕੁਰਬਾਨੀ ਉਹਨਾਂ ਨੇ ਸਾਡੇ ਲਈ ਕੀਤੀ ਹੈ, ਕੋਈ ਛੋਟੀ ਗੱਲ ਨਹੀਂ। ਗੁਰੂ ਪਿਆਰੀ ਸਾਹਿਬ ਸੰਗਤ ਜੀ ਫਿਰ ਵੀ ਸਾਹਿਬਜ਼ਾਦੇ ਨਾ ਮੰਨੇ, ਸਾਹਿਬਜ਼ਾਦਿਆਂ ਦੀਆਂ ਉਂਗਲਾਂ ਦੇ ਵਿੱਚ ਪਲੀਤਾ ਰੱਖ ਕੇ, ਬਰੂਦ ਰੱਖ ਕੇ ਅੱਗ ਲਾਈ ਗਈ। ਗੁਰੂ ਪਿਆਰੀ ਸਾਹਿਬ ਸੰਗਤ ਜੀ ਉਹਨਾਂ ਦੇ ਪੋਟੇ ਅੱਗੋਂ ਸੜ ਚੁੱਕੇ ਸਨ, ਪਰ ਸਤਿਗੁਰੂ ਕੇ ਲਾਲ ਡੋਲੇ ਨਹੀਂ, ਗੁਰੂ ਪਿਆਰੀ ਸਾਹਿਬ ਸੰਗਤ ਜੀ ਧਰਮ 'ਤੇ ਅਡੋਲ ਰਹੇ। ਇਹਨੇ ਤਸੀਹੇ ਦੇਣ ਤੋਂ ਬਾਅਦ ਕਾਜ਼ੀ ਨੂੰ ਕਿਹਾ, ਫਤਵਾ ਦਿਓ। ਕਾਜ਼ੀ ਕਹਿੰਦਾ, ਫਤਵਾ ਕਿਹੜਾ ਦਈਏ? ਕਹਿੰਦੇ, ਬਾਕੀ ਨੇ ਫਤਵਾ ਕਰ ਦਿਓ। ਫਤਵਾ ਗੁਰੂ ਪਿਆਰੀ ਸਾਹਿਬ ਸੰਗਤ ਜੀ ਦਿੱਤਾ ਗਿਆ ਕਿ ਇਹਨਾਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਵੇ।